ਸਸਿਕਾਲ ਜੀ ਮੈਂ ਤੁਹਾਡਾ ਆਪਣਾ ਲੋਕ ਹੈ ਇੱਕ ਹਾਕਮ ਬਖਤੜੀ ਵਾਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਹੀਦੀ ਹਫਤਾ ਚੱਲ ਰਿਹਾ ਜੀ ਅੱਜ 23 ਦਸੰਬਰ ਹੈ ਠੰਡੀਆਂ ਰਾਤਾਂ ਬਹੁਤ ਠੰਡ ਦੇ ਦਿਨ ਨੇ ਤੇ ਹਿਸਟਰੀ ਤੋਂ ਤੁਸੀਂ ਸਾਰੇ ਵਾਕਫ ਹੋ ਮੈਨੂੰ ਸਾਰਾ ਦੱਸਣ ਦੀ ਲੋੜ ਨਹੀਂ ਮੈਡਮ ਦਲਜੀਤ ਕੌਰ ਜੀ ਨੇ ਫਰਮਾਇਸ਼ ਕੀਤੀ ਹੈ ਵੀ ਮੈਂ ਇੱਕ ਬਰਤਾਂਤ ਲਿਖਿਆ ਸੀ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਤੋਂ ਆਪ ਜੀ ਨਾਲ ਸਾਂਝਾ ਕਰ ਰਿਹਾ ਮਿਹਰਬਾਨੀ ਦਾਦੀ ਮਾਂ ਤੇ ਵਿੱਚ ਮਾਸੂਮ ਦੋਵੇਂ ਉੱਚਾ ਬੁਰਜ ਤੇ ਠੰਡ ਵੀ ਕਹਿਰਦੀ ਸੀ ਦਾਦੀ ਮਾਂ ਤੇ ਵਿੱਚ ਮਾਸੂਮ ਦੋਵੇਂ ਉੱਚਾ ਬੁਰਜ ਤੇ ਠੰਡ ਵੀ ਕਹਿਰਦੀ ਸੀ ਉਹ ਜਾਂਦੀ ਚੀਰਦੀ ਹੋਣੀ ਹੈ ਪਿੰਡਿਆਂ ਨੂੰ ਬੇਤਰਸਨਾ ਹਵਾ ਵੀ ਠਹਿਰਦੀ ਸੀ ਲੋਕ ਪਏ ਰਜਾਈਆਂ ਦੇ ਵਿੱਚ ਕੰਬਣ ਤੇ ਕਲਮ ਸੋਚ ਕੇ ਕੰਬਦੀ ਸ਼ਹਿਰਦੀ ਸੀ ਠੰਡਾ ਫਰਸ਼ ਨਾ ਕੱਪੜਾ ਕੋਈ ਹਾਕਮ ਹੱਦ ਹੋ ਗਈ ਵੈਰੀ ਦੇ ਵੈਰ ਦੀ ਸੀ ਹੱਦ ਹੋ ਗਈ ਵੈਰੀ ਦੇ ਵੈਰ ਦੀ ਸੀ ਜਦੋਂ ਆਣ ਸਿਪਾਹੀ ਨੇ ਆਵਾਜ਼ ਮਾਰੀ ਪੈਰ ਤੀਜਿਓ ਰੱਤ ਸੀ ਢਲ ਚੱਲੀ ਉੱਠੇ ਸੂਰਮੇ ਗੋਦ ਚੋਂ ਮਾਰ ਛਾਲਾ ਮੌਤ ਨਾਲ ਸੀ ਜਿਨ੍ਹਾਂ ਦੀ ਗੱਲ ਚੱਲੀ ਕਹਿੰਦੇ ਅੰਤ ਨੂੰ ਜਾਨ ਨੇ ਜਾਵਣਾ ਏ ਤਾਂ ਕਿ ਸੋਚਣਾ ਅੱਜ ਕੇ ਕੱਲ ਚੱਲੀ ਉਹ ਦਾਦੀ ਵੇਖਦੀ ਹਾਕਮਾ ਪੋਤਿਆਂ ਨੂੰ ਜੋੜੀ ਜਦੋਂ ਕਚਹਿਰੀਆਂ ਵੱਲ ਚੱਲੀ ਦਾਦੀ ਆਖਿਆ ਦੋਵਾਂ ਦੇ ਚੁੰਮ ਮੱਥੇ ਅੱਗੇ ਸੂਬੇ ਦੇ ਜਰਾ ਵੀ ਝੁਕਣਾ ਨਹੀਂ ਪਾਪੀ ਦੇਵੇਗਾ ਜਿਉਣ ਲਈ ਲੱਖ ਲਾਲਚ ਐ ਪਰ ਤੁਸਾਂ ਨੇ ਕਿਸੇ ਤੇ ਥੁੱਕਣਾ ਨਹੀਂ ਮੌਤ ਵੇਖ ਕੇ ਤੁਸਾਂ ਨੂੰ ਸੁੱਕ ਜਾਵੇ ਸਾਹ ਤੁਸਾਂ ਦਾ ਚਾਹੀਦਾ ਸੁੱਕਣਾ ਨਹੀਂ ਹਾਕਮ ਦਿਓ ਕੁਰਬਾਨੀਆਂ ਕੌਮ ਦੇ ਲਈ ਨਹੀਂ ਤਾਂ ਜ਼ੁਲਮ ਨੇ ਜੱਗ ਤੋਂ ਮੁੱਕਣਾ ਨਹੀਂ ਦੋਹਾਂ ਆਖਿਆ ਅੰਮੀਏ ਫਿਕਰ ਨਾ ਕਰ ਵੈਰੀ ਮੁੱਢ ਤੋਂ ਅਸੀਂ ਕਲੇਸ਼ ਦੇ ਹਾਂ ਰਗਾਂ ਵਿੱਚ ਹੈ ਖੂਨ ਬਹਾਦਰੀ ਦਾ ਅਸੀਂ ਲਾਡਲੇ ਸ੍ਰੀ ਦਸ਼ਮੇਸ਼ ਦੇ ਹਾਂ ਸੀਸ ਦਿੱਤਾ ਸੀ ਚਾਂਦਨੀ ਚੌਂਕ ਅੰਦਰ ਪੋਤੇ ਪਤਾ ਨਹੀਂ ਕਿਹੜੇ ਦਰਵੇਸ਼ ਦੇ ਹਾਂ ਕਹਿੰਦੇ ਦਿਲ ਨੇ ਹਾਕਮਾਂ ਬਹੁਤ ਵੱਡੇ ਤੇ ਹੋਇਆ ਕੀ ਜੇ ਨਰਮ ਵਰੇਸ ਦੇ ਹਾਂ ਕਹਿੰਦੇ ਅੰਮੀਏ ਜਰਾ ਨਾ ਵਹਿਮ ਰੱਖੀ ਇੰਨਾ ਆਖ ਕੇ ਸ਼ੇਰ ਰਵਾਨ ਹੋ ਗਏ ਮਾਤਾ ਸੋਚਿਆ ਸ਼ਾਖਾਂ ਟੁੱਟ ਗਈਆਂ ਅੱਜ ਅਸਾਂ ਦੇ ਬਾਗ ਬਰਾਨ ਹੋ ਗਏ ਬਾਹੋ ਦਾਈ ਸਿਪਾਹੀਆਂ ਦੇ ਤੁਰੇ ਅੱਗੇ ਉਹ ਵੀ ਵੇਖ ਕੇ ਸਿਦਕ ਹੈਰਾਨ ਹੋ ਗਏ ਉਹ ਨਿੱਕੇ ਨਿੱਕੇ ਜੇ ਹਾਕਮਾਂ ਪੈਰ ਨੰਗੇ ਜਿੱਥੇ ਧਰੇ ਸੀ ਅਮਰ ਨਿਸ਼ਾਨ ਹੋ ਗਏ ਤੇ ਪਹੁੰਚੇ ਵਿੱਚ ਦਰਬਾਰ ਦੇ ਸਾਹਿਬਜ਼ਾਦੇ ਤੇ ਟੋਲੀ ਸਾਹਮਣੇ ਖੜੀ ਸੀ ਵੈਰੀਆਂ ਦੀ ਉੱਚੀ ਜਾਂਦਿਆਂ ਫਤਿਹ ਗਜਾਈ ਪਹਿਲਾਂ ਸੁਣ ਕੇ ਕੰਬ ਗਏ ਹਿੱਕ ਕਚਹਿਰੀਆਂ ਦੀ ਅੱਬੜ ਵਾਹੀ ਸੀ ਕਈਆਂ ਦੀ ਜਾਗ ਖੁੱਲੀ ਸੁੱਤੇ ਪਏ ਸਰਹੰਦ ਦੇ ਸ਼ਹਿਰੀਆਂ ਦੀ ਹੋਈ ਹਾਕਮਾਂ ਸੂਬੇ ਦੀ ਅੱਖ ਨੀਵੀਂ ਅੱਖ ਵੇਖ ਕੇ ਬੱਚਿਆਂ ਜਹਿਰੀਆਂ ਦੀ ਲੱਗਾ ਨਾਲ ਪਿਆਰ ਦੇ ਕਹਿਣ ਸੂਬਾ ਸੁਣੋ ਬੱਚੇ ਉਹ ਗੱਲ ਸੁਣਾ ਦੇਵਾਂ ਰੱਖਾਂ ਗੋਲੀਆਂ ਤੁਸਾਂ ਦੀ ਕਰਨ ਸੇਵਾ ਤੁਹਾਡੇ ਰਹਿਣ ਨੂੰ ਮਹਿਲ ਪਵਾ ਦੇਵਾਂ ਜੇਕਰ ਕਹੋ ਬਿਠਾ ਦਿਆਂ ਰਾਜਗੱਦੀ ਕਰ ਹੂਰਾਂ ਦੇ ਨਾਲ ਵਿਆਹ ਦੇਵਾਂ ਉਹ ਮਨੋ ਈਨ ਤੇ ਕਰੋਗੇ ਐਸ਼ ਕਾਕਾ ਹੱਕ ਮੁੱਕ ਦੀ ਗੱਲ ਮੁਕਾ ਦੇਵਾਂ ਤੇ ਰਿਹਾ ਗਿਆ ਨੀ ਬੋਲ ਪਏ ਸਾਹਿਬਜ਼ਾਦੇ ਕਹਿੰਦੇ ਓਏ ਸੂਬਿਆ ਸਾਨੂੰ ਤੂੰ ਜਾਣਦਾ ਨਹੀਂ ਸਿਦਕ ਪਹਿਨੇ ਜਿਨ੍ਹਾਂ ਨੇ ਸਬਰ ਖਾਧਾ ਸ਼ੌਕ ਉਹਨਾਂ ਨੂੰ ਪਾਉਣ ਤੇ ਖਾਣ ਦਾ ਨਹੀਂ ਸਿਦਕ ਪਹਿਨਿਆ ਜਿਨ੍ਹਾਂ ਨੇ ਸਬਰ ਖਾਧਾ ਸ਼ੌਕ ਉਹਨਾਂ ਨੂੰ ਪਾਉਣ ਤੇ ਖਾਣ ਦਾ ਨਹੀਂ ਐਵੇਂ ਹਾਕਮਾਂ ਹਵਾ ਵਿੱਚ ਕਰੇ ਗੱਲਾਂ ਤੈਨੂੰ ਕਹੀਏ ਕਿ ਸਾਡੇ ਤੋਂ ਹਾਣਦਾ ਨਹੀਂ ਸੂਬਾ ਗਰਜ਼ਿਆ ਕੜਕ ਕੇ ਕਹਿਣ ਲੱਗਾ ਤੇ ਗੁੱਸੇ ਨਾਲ ਜ਼ੁਬਾਨ ਨੂੰ ਖੋਲਦਾ ਸੀ ਸੁਣ ਕੇ ਸਹਿਮਗੀ ਕੁੱਲ ਖਦਾਈ ਉਦੋਂ ਜਿਹੜੇ ਲਫ਼ਜ਼ ਜ਼ੁਬਾਨ ਚੋਂ ਬੋਲਦਾ ਸੀ ਕਹਿੰਦਾ ਚਿਣਦੇ ਕੰਧਾਂ ਦੇ ਵਿੱਚ ਜਿਉਂਦੇ ਨਾਲ ਜ਼ੁਲਮ ਦੇ ਸਿਦਕ ਨੂੰ ਤੋਲਦਾ ਸੀ ਉਹ ਰਹੇ ਹੱਸਦੇ ਹਾਕਮਾਂ ਸਾਹਿਬਜ਼ਾਦੇ ਤੇ ਸੂਬਾ ਹੁਕਮ ਸੁਣਾ ਰਿਹਾ ਡੋਲਦਾ ਸੀ ਕਿਹਾ ਓ ਜਲਾਦ ਨੇ ਖੜੋ ਇੱਥੇ ਦੋਵੇਂ ਮਾਰ ਕੇ ਹੰਭਲਾ ਖੜੇ ਹੋਏ ਨੇਰ ਜ਼ੁਲਮ ਦਾ ਜੱਗ ਤੋਂ ਲਾਉਣ ਖਾਤਰ ਦੇਖੋ ਚੰਦ ਦਸ਼ਮੇਸ਼ ਦੇ ਚੜੇ ਹੋਏ ਵਿੱਚ ਪਲਾਂ ਦੇ ਉਸਰ ਗਈ ਕੰਧ ਕਾਫੀ ਤੇ ਨਗ ਜਾਪ ਦੇ ਮੁੰਦਰੀ ਜੜੇ ਹੋਏ ਮੰਨੇ ਈਨ ਨਾ ਹਾਕਮਾਂ ਸਾਹਿਬਜ਼ਾਦੇ ਯਤਨ ਸੂਬੇ ਦੇ ਵੱਲੋਂ ਤਾਂ ਬੜੇ ਹੋਏ ਧਿਆਨ ਦਿਓ ਜੀ ਖਾਲਸਾ ਜੀ ਧੀਆਂ ਪੁੱਤਾਂ ਵਾਲਿਓ ਬੜੀ ਦਰਦਨਾਕ ਸਟੋਰੀ ਹਿਸਟਰੀ ਮੋੜ ਲੈ ਰਹੀ ਹੈ ਜਦੋਂ ਮੂਰਤਾਂ ਕੰਧ ਛਪਾਉਣ ਲੱਗੀ ਤੇ ਜ਼ੋਰਾਵਰ ਨੂੰ ਫਤਿਹ ਸਿੰਘ ਕਹਿਣ ਲੱਗਾ ਵੱਡੇ ਭਰਾ ਨੂੰ ਛੋਟਾ ਕਿਹੜੀ ਗੱਲ ਤੋਂ ਵੀਰਾ ਉਦਾਸ ਹੋਇਆ ਤੇਰੇ ਅੱਖਾਂ ਚੋਂ ਨੀਰ ਕਿਉਂ ਵਹਿਣ ਲੱਗਾ ਆਉਂਦੀ ਵੇਖ ਕੇ ਮੌਤ ਘਬਰ ਗਿਆ ਏ ਦੁੱਖੜੇ ਸਹਿਣ ਲੱਗਾ ਕਹਿੰਦਾ ਹਾਕਮਾਂ ਵੀਰ ਜੀ ਚੰਦ ਤਾਂ ਹੀ ਜਾਂਦਾ ਵੇਖਿਆ ਨਹੀਂ ਗਰਹਿਣ ਲੱਗਾ ਤੇ ਜ਼ੋਰਾਵਰ ਨੇ ਅੱਗੋਂ ਜਵਾਬ ਦਿੱਤਾ
जोरावर ने अगो जवाब दिता, वह मौत वेख के नहीं मैं डरन लगा, मैं ता सोचिया इस जहान उत्ते आया पिछों ते पहल तू करन लगा, मैं ता सोचिया इस जहान उत्ते आया पिछों ते पहल तू करन लगा, वह छोटे छड जावन बड़े बैठे आनू एह सोच के दिल जहा भरन लगा, जगों तेरवी हो गई नाल मेरे वारी मेरी तो हाकमा मरन लगा, गल्लां करदिया करदिया कंध हो गई ते चिण कंधा दे विच भरा दिते, गारा इटा ते गारे ते ला इटा विच पलां दे सिरों लंघा दिते, जिन्ना तीक है करू जहान गल्लां विच इटा दे लाल लुका दिते, होर हाकमा सिख इतिहास वाले ते पन्ने पापियां लाल बना दिते। गुजरी माता नू दस्या किसे जाके, गुजरी मां नू दस्या किसे जाके, ते सुन के माता ने चोला ते आग दिता, सुती पई तकदीर सी कौम वाली, ला दादी ते पोतियां भाग दिता, दुनिया वेखदी रही कुर्बानियां दा, ला शहर सरहंद विच बाग दिता, रहू रोशनी हाकमा जग अंदर, ऐसा सिखी दा वाल चराग दिता, ऐसा सिखी दा वाल चराग दिता, ऐसा सिखी दा वाल चराग दिता। वाहिगुरु जी का खालसा, वाहिगुरु जी की फतेह।